ਕੱਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਵਿੱਚ। ਅੱਜ ਆਪਾਂ ਕੁੰਦਰੂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਇਸ ਤਰ੍ਹਾਂ ਦੇ ਇਹ ਹੁੰਦੇ ਆ ਕੁੰਦਰੂ, ਇਹਨਾਂ ਨੂੰ ਇਹ ਮੇਰੇ ਕੋਲ ਛੋਟੇ ਸਾਈਜ਼ ਦੇ ਨੇ, ਇਸ ਕਰਕੇ ਮੈਂ ਇਹਨਾਂ ਦੇ ਵਿੱਚ ਇੱਕ ਇੱਕ ਕੱਟ ਲਾ ਲੂੰਗੀ। ਜੇ ਵੱਡੇ ਹੋਣ ਥੋੜ੍ਹੇ ਜਿਹੇ ਤਾਂ ਤੁਸੀਂ ਇੱਦਾਂ ਕਰਕੇ ਚਾਰ ਕੱਟ ਲਾ ਸਕਦੇ ਹੋ, ਇੱਦਾਂ ਕਰਕੇ। ਜੇ ਛੋਟੇ ਨੇ ਤਾਂ ਆਪਾਂ ਇੱਕ ਕੱਟ ਵੀ ਲਾ ਸਕਦੇ ਹਾਂ ਇਸ ਤਰੀਕੇ ਨਾਲ। ਇਸ ਤਰੀਕੇ ਨਾਲ ਆਪਾਂ ਸਾਰੇ ਕੁੰਦਰੂ ਕੱਟ ਕੇ ਤਿਆਰ ਕਰ ਲਾਂਗੇ। ਕੁੰਦਰੂ ਨੂੰ ਆਪਾਂ ਨੇ ਪਹਿਲਾਂ ਚੰਗੀ ਤਰ੍ਹਾਂ ਨਾਲ ਤਿੰਨ ਚਾਰ ਪਾਣੀ 'ਚ ਧੋ ਲਿਆ, ਧੋ ਕੇ ਇਹਨਾਂ ਨੂੰ ਸਾਫ ਕਰ ਲਿਆ ਅਤੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਕੱਟ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ। ਆ ਦੇਖੋ, ਜੇ ਇੱਦਾਂ ਤੁਸੀਂ ਵੱਡੇ ਨੇ ਤਾਂ ਤੁਸੀਂ ਚਾਰ ਪੀਸ ਇੱਦਾਂ ਕਰਕੇ ਕਰ ਲਓ। ਗੈਸ ਦੇ ਉੱਤੇ ਆਪਾਂ ਨੇ ਕੜਾਹੀ ਰੱਖ ਲਈ, ਕੜਾਹੀ ਗਰਮ ਹੋ ਗਈ। ਹੁਣ ਆਪਾਂ ਇਹਦੇ ਵਿੱਚ 2 ਟੇਬਲ ਸਪੂਨ ਆਇਲ ਪਾਵਾਂਗੇ। ਮੈਂ ਸਰ੍ਹੋਂ ਦਾ ਤੇਲ ਲੈ ਰਹੀ ਹਾਂ, ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ। ਇਹ ਜਿਹੜੇ ਕੁੰਦਰੂ ਮੈਂ ਲਏ ਨੇ, ਇਹ 1/2 ਕਿਲੋ ਨੇ ਵੇਟ ਦੇ ਵਿੱਚ। ਅਤੇ ਹੁਣ ਆਪਾਂ ਇਹਨਾਂ ਨੂੰ, ਤੇਲ ਗਰਮ ਹੋ ਗਿਆ, ਤੇਲ 'ਚ ਪਾ ਲਾਂਗੇ। ਤੇਲ ਮੇਰਾ ਇਹ ਪਹਿਲਾਂ ਤੋਂ ਹੀ ਪਕਾਇਆ ਹੋਇਆ, ਇਸ ਕਰਕੇ ਮੈਂ ਇਹਨੂੰ ਧੂੰਆਂ ਉੱਠਣ ਤੱਕ ਗਰਮ ਨਹੀਂ ਕਰਿਆ। ਹੁਣ ਆਪਾਂ ਇਹਨੂੰ ਗੋਲਡਨ ਬਰਾਊਨ ਜਿਹਾ ਹੋਣ ਤੱਕ ਪਕਾ ਲਾਂਗੇ। 2 ਮੀਡੀਅਮ ਸਾਈਜ਼ ਦੇ ਆਲੂ ਲਏ ਨੇ, ਆਲੂਆਂ ਨੂੰ ਆਪਾਂ ਨੇ ਪਤਲਾ ਪਤਲਾ ਕੱਟ ਲਿਆ। ਆਲੂ ਵੀ ਆਪਾਂ ਇਹਦੇ ਨਾਲ ਹੀ ਫਰਾਈ ਕਰ ਲਾਂਗੇ। ਆਲੂ ਆਪਸ਼ਨਲ ਨੇ, ਜੇ ਤੁਸੀਂ ਆਲੂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਕੱਲੇ ਕੁੰਦਰੂ ਦੀ ਸਬਜ਼ੀ ਵੀ ਬਣਾ ਸਕਦੇ ਹੋ। ਗੋਲਡਨ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਪਕਾ ਲਿਆ, ਕਾਫੀ ਹੱਦ ਤੱਕ ਇਹ ਸੌਫਟ ਹੋ ਗਏ, 80% ਤੱਕ ਕੁੱਕ ਹੋ ਗਏ। ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕਰ ਲਾਂਗੇ। ਉਹਦੇ ਵਿੱਚ ਹੀ ਜਿਹੜਾ ਤੇਲ ਬਚ ਗਿਆ ਉਹਦੇ ਵਿੱਚ ਹੀ ਹੁਣ ਆਪਾਂ ਤੜਕਾ ਲਾਵਾਂਗੇ ਇਹਨੂੰ। ਅਤੇ ਇਹ ਮੈਂ ਤੇਜ਼ ਪੱਤਾ ਲਿਆ ਇੱਕ, ਅਤੇ 2 ਲਾਲ ਮਿਰਚਾਂ ਲਈਆਂ ਤੋੜ ਕੇ ਸੁੱਕੀਆਂ ਵਾਲੀਆਂ, ਅਤੇ 1 ਛੋਟਾ ਚਮਚ ਆਪਾਂ ਜੀਰੇ ਦਾ ਲਿਆ, ਅਤੇ 7-8 ਕਾਲੀਆਂ ਮਿਰਚਾਂ ਲਈਆਂ ਨੇ। ਬਸ ਗਰਮ ਤੇਲ ਦੇ ਵਿੱਚ ਜੀਰਾ ਤੜਕਣ ਤੱਕ ਆਪਾਂ ਇਹਨੂੰ ਭੁੰਨਾਂਗੇ। 10-12 ਕਲੀਆਂ ਆਪਾਂ ਲਸਣ ਦੀਆਂ ਲਈਆਂ ਨੇ, ਅਤੇ 1 ਇੰਚ ਅਦਰਕ ਦਾ ਟੁਕੜਾ ਲਿਆ ਜਿਹਨੂੰ ਆਪਾਂ ਬਹੁਤ ਬਰੀਕ ਚੌਪ ਕਰ ਲਿਆ, ਇਹ ਪਾ ਦਾਂਗੇ ਹੁਣ। ਇਹਨੂੰ ਥੋੜ੍ਹੀ ਜਿਹੀ ਦੇਰ ਲਈ, 2-3 ਮਿੰਟ ਲਈ ਭੁੰਨਾਂਗੇ। 2-3 ਮਿੰਟ ਲਈ ਆਪਾਂ ਨੇ ਭੁੰਨ ਲਿਆ ਇਹਨੂੰ, ਲਸਣ ਅਦਰਕ ਨੂੰ। ਅਤੇ ਹੁਣ ਆਪਾਂ ਇਹ, ਮੈਂ 3 ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ, ਪਿਆਜ਼ ਨੂੰ ਬਰੀਕ ਚੌਪ ਕਰ ਲਿਆ, ਅਤੇ 2 ਹਰੀਆਂ ਮਿਰਚਾਂ ਲਈਆਂ ਨੇ, ਇਹਨਾਂ ਨੂੰ ਵੀ ਚੌਪ ਕਰ ਲਿਆ। ਅਤੇ ਹੁਣ ਪਿਆਜ਼ ਨੂੰ ਆਪਾਂ ਗੋਲਡਨ ਬਰਾਊਨ ਹੋਣ ਤੱਕ ਭੁੰਨ ਲਾਂਗੇ। ਪਿਆਜ਼ ਨੂੰ ਆਪਾਂ ਨੇ ਗੋਲਡਨ ਬਰਾਊਨ ਹੋਣ ਤੱਕ ਭੁੰਨ ਲਿਆ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। 1/2 ਛੋਟਾ ਚਮਚ ਹਲਦੀ ਦਾ ਪਾਊਂਗੀ ਮੈਂ, 1 ਛੋਟਾ ਚਮਚ ਧਨੀਆ ਪਾਊਡਰ, ਨਮਕ 1 ਚਮਚ ਪਾਊਂਗੀ ਜਾਂ ਫਿਰ ਨਮਕ ਸਵਾਦ ਅਨੁਸਾਰ ਪਾ ਲਾਂਗੇ। 1 ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ, ਕਿਉਂਕਿ ਆਪਾਂ ਨੇ ਹਰੀ ਮਿਰਚ ਵੀ ਪਾਈ ਹੈ, ਇਸ ਕਰਕੇ ਕਸ਼ਮੀਰੀ ਲਾਲ ਮਿਰਚ ਬਹੁਤੀ ਕੌੜੀ ਨਹੀਂ ਹੁੰਦੀ। ਜੇ ਤੁਸੀਂ ਜ਼ਿਆਦਾ ਤਿੱਖੀ ਖਾਣੀ ਹੈ ਤਾਂ ਤੁਸੀਂ ਦੂਸਰੀ ਲਾਲ ਮਿਰਚ ਪਾ ਸਕਦੇ ਹੋ। ਮਸਾਲਿਆਂ ਨੂੰ 2-3 ਸੈਕਿੰਡ ਆਪਾਂ ਭੁੰਨ ਲਾਂਗੇ। ਇਹ ਮੈਂ 3 ਮੀਡੀਅਮ ਸਾਈਜ਼ ਦੇ ਟਮਾਟਰ ਲਏ ਨੇ, ਜਿੰਨੇ ਪਿਆਜ਼ ਲਏ ਸੀ ਉਨੇ ਟਮਾਟਰ ਲਏ ਨੇ। ਟਮਾਟਰਾਂ ਨੂੰ ਆਪਾਂ ਨੇ ਬਿਲਕੁਲ ਚੌਪ ਕਰ ਲਿਆ ਬਰੀਕ, ਹੁਣ ਆਪਾਂ ਇਹ ਪਾ ਦਾਂਗੇ। ਹੁਣ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨਾਂਗੇ ਜਦੋਂ ਤੱਕ ਮਸਾਲਾ ਤੇਲ ਨਹੀਂ ਛੱਡ ਜਾਂਦਾ। ਥੋੜ੍ਹਾ ਜਿਹਾ ਪਾਣੀ ਆਪਾਂ ਪਾ ਦਾਂਗੇ ਟਮਾਟਰਾਂ ਵਾਲੇ ਦੇ ਵਿੱਚ ਤਾਂ ਕਿ ਸਾਰੇ ਟਮਾਟਰ ਉੱਤਰ ਜਾਣ ਨਾਲੋਂ। ਅਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪਕਾ ਲਾਂਗੇ। ਮਸਾਲੇ ਨੂੰ ਆਪਾਂ ਨੇ ਘਿਓ ਛੱਡਣ ਤੱਕ ਭੁੰਨ ਲਿਆ। ਹੁਣ ਆਪਾਂ ਜਿਹੜੇ ਕੁੰਦਰੂ ਅਤੇ ਆਲੂ ਆਪਾਂ ਨੇ ਫਰਾਈ ਕਰਕੇ ਰੱਖੇ ਸੀ ਉਹ ਪਾ ਦਾਂਗੇ, ਮਿਕਸ ਕਰਾਂਗੇ। ਅੱਧਾ ਕੱਪ ਪਾਣੀ ਦਾ ਪਾ ਦਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਉਹ ਚੰਗੀ ਤਰ੍ਹਾਂ ਨਾਲ ਸਬਜ਼ੀ ਦੇ ਵਿੱਚ ਮਿਕਸ ਹੋ ਜਾਣ। ਅਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਜਦੋਂ ਤੱਕ ਇਹ ਆਲੂ ਅਤੇ ਕੁੰਦਰੂ ਹੈ ਜਿਹੜਾ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ। ਆਂਚ ਨੂੰ ਆਪਾਂ ਮੀਡੀਅਮ ਕਰ ਦਾਂਗੇ, ਮੀਡੀਅਮ ਟੂ ਸਲੋ ਰੱਖਾਂਗੇ। 10-12 ਮਿੰਟ ਦੇ ਵਿੱਚ ਆਪਣੀ ਕੁੰਦਰੂ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ।
बीच बीच मैं इनू हिलाउंदी रही हाँ ढक्कन चक्के। तो हुण अपनी सब्जी जिहड़ी 10-12 मिनट दे विच सॉफ्ट हो गई है बिल्कुल। इनू इस तरह कट करके देख लो, आपां आलू भी कट रहे ने। तो हुण आपां इहदे विच हरा धनिया गार्निश कर दांगे। लास्ट दे विच आपां अद्धा चम्मच गर्म मसाले दा पा दांगे, मिक्स कर दांगे इनू। स्वादिष्ट कुंदरू की सब्जी बन के तैयार हो गई है। फ्रेंड्स तुसीं भी इदां ही बना के देखियो। जे वीडियो तुहानूं पसंद आई होवे मेरे चैनल नूं सबसक्राइब करियो, वीडियो नूं शेयर करियो, लाइक करियो। थैंक यू जी।